ਤੇ ਉਧਰ ਅਮਰੀਕਾ ਵਿੱਚ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰਾਂ ਵਿੱਚੋਂ ਇੱਕ ਡੈਮੋਕ੍ਰੇਟ ਕਮਲਾ ਹੈਰਿਸ ਨੇ ਇੱਕ ਸਿਹਤ ਸੇਵਾ ਪ੍ਰਸਤਾਵ ਪੇਸ਼ ਕੀਤਾ। ਕਮਲਾ ਨੇ ਇਹ ਪ੍ਰਸਤਾਵ ਡੈਮੋਕ੍ਰੇਟਿਕ ਪਾਰਟੀ ਦੇ ਵੱਖ ਵੱਖ ਧੜਿਆਂ ਨੂੰ ਇਕੱਠੇ ਲਿਆਉਣ ਦੀ ਕੋਸ਼ਿਸ਼ ਦੇ ਤਹਿਤ ਪੇਸ਼ ਕੀਤਾ। ਭਾਵੇਂ ਕਿ ਕਮਲਾ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਈ, ਉਸ ਨੂੰ ਲਗਭਗ ਸਾਰਿਆਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਪ੍ਰਗਤੀਸ਼ੀਲਾ ਨੇ ਇਸ ਪ੍ਰਸਤਾਵ ਨੂੰ ਸਿਹਤ ਲਾਭ ਸਹੂਲਤਾਂ ਵਿੱਚ ਨਵੀਨਤਾ ਲਿਆਉਣ ਦੇ ਲਿਹਾਜ਼ ਨਾਲ ਕਮਜ਼ੋਰ ਪਾਇਆ, ਜਿਸ ਵਿੱਚ ਸਾਰਿਆਂ ਲਈ ਮੈਡੀਕਲ ਕਾਨੂੰਨ ਦੀ ਗੱਲ ਦੀ ਕਮੀ ਦੱਸੀ ਗਈ ਹੈ ਤੇ ਉੱਥੇ ਇਹਨਾਂ ਵਿੱਚ ਕੁਝ ਮੁੱਦਿਆਂ ਤੇ ਮਤਭੇਦ ਰੱਖਣ ਵਾਲੇ ਵਿਰੋਧੀਆਂ ਨੇ ਆਖਿਆ ਕਿ ਉਹ ਪ੍ਰਾਇਮਰੀ ਵਿੱਚ ਸਭ ਤੋਂ ਅਹਿਮ ਮੁੱਦਿਆਂ ਵਿੱਚੋਂ ਇੱਕ ਤੇ ਦ੍ਰਿੜ ਰਵੱਈਆ ਅਪਣਾਏ ਬਿਨਾਂ ਸਭ ਕੁਝ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੈਰਿਸ ਤੇ ਆਪਣੀ ਹੀ ਪਾਰਟੀ ਦੇ ਲੋਕਾਂ ਦਾ ਇਹ ਹਮਲਾ ਡੈਮੋਕ੍ਰੇਟ ਨਾਲ ਲੜਾਈ ਦੀ ਝਲਕ ਦੇ ਰਿਹਾ। ਇਹ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਰਾਸ਼ਟਰਪਤੀ ਅਹੁਦੇ ਦੀ ਬਹਿਸ ਵਿੱਚ ਦੇਖਣ ਨੂੰ ਮਿਲ ਸਕਦਾ ਸੀ। ਇਹਨਾਂ ਆਲੋਚਨਾਵਾਂ ਨੇ ਹੈਰਿਸ ਲਈ ਅਸਹਿਜ ਸਥਿਤੀ ਪੈਦਾ ਕਰ ਦਿੱਤੀ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਸਿਹਤ ਸੇਵਾਵਾਂ ਤੇ ਆਪਣਾ ਪੱਖ ਰੱਖਣ ਨੂੰ ਲੈ ਕੇ ਜੂਝ ਰਹੀ ਸੀ।